ਬਹੁਤ ਅੱਛੀ ਹੈ, ਬਹੁਤ ਵਧੀਆ ਫੈਮਿਲੀ ਮੂਵੀ ਹੈ। ਗਲਵੱਕੜੀ ਦਾ ਇੱਕ ਮਤਲਬ ਦੱਸਿਆ ਗਿਆ, ਪਰਿਵਾਰ ਨਾਲ ਜੁੜ ਕੇ ਰਹਿਣ ਦਾ ਮਤਲਬ ਦੱਸਿਆ ਗਿਆ। ਵਾਮੇਕਾ ਦਾ ਰੋਲ ਬਹੁਤ ਵਧੀਆ ਲੱਗਿਆ, ਚੁਲਬੁਲੀ ਸੀ। ਪੰਜ ਵਿੱਚੋਂ ਕਿੰਨੇ ਸਟਾਰ? ਪੰਜ ਵਿੱਚੋਂ ਮੈਂ ਤੇ ਵੱਧ ਹੀ ਦਊਂਗਾ ਸਟਾਰ, ਜਿੰਨੇ ਹੋ ਸਕਦੇ, ਪਰ 5। ਪੰਜਾਬੀ ਗਰੁੱਪਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਜੀ, ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਦੀ ਫਿਲਮ ਗਲਵੱਕੜੀ ਰਿਲੀਜ਼ ਹੋ ਗਈ ਹੈ। ਅਸੀਂ ਆ ਪਹੁੰਚੇ ਹਾਂ ਐਲਾਂਟੇ, ਆਓ ਦੇਖਦੇ ਹਾਂ ਦਰਸ਼ਕਾਂ ਨੂੰ ਇਹ ਫਿਲਮ ਕਿੰਨੀ ਜ਼ਿਆਦਾ ਪਸੰਦ ਆ ਰਹੀ ਹੈ। ਕਿਹੋ ਜਿਹੀ ਲੱਗੀ ਗਲਵੱਕੜੀ? ਬਹੁਤ ਸੋਹਣੀ ਮੂਵੀ ਹੈ। ਸਭ ਤੋਂ ਸੋਹਣਾ ਕੀ ਲੱਗਿਆ ਫਿਲਮ ਦਾ? ਸਭ ਤੋਂ ਸੋਹਣਾ ਪਾਰਟ ਇਜ਼ ਦਾ ਐਂਡ ਪਾਰਟ, ਐਂਡ ਇਜ਼ ਗੁੱਡ, ਐਵਰੀਥਿੰਗ ਇਜ਼ ਗੁੱਡ। ਪੰਜ ਵਿੱਚੋਂ ਕਿੰਨੇ ਸਟਾਰ ਦੋਗੇ? 5 ਆਊਟ ਆਫ 5। ਕਿਹੋ ਜਿਹੀ ਲੱਗੀ ਤੁਹਾਨੂੰ ਗਲਵੱਕੜੀ? ਬਹੁਤ ਵਧੀਆ ਲੱਗੀ। ਸਭ ਤੋਂ ਵਧੀਆ ਕੀ ਲੱਗਿਆ ਫਿਲਮ? ਸਾਰਾ ਕੁਝ ਹੀ ਅੱਛਾ ਸੀ। ਅੱਛਾ, 5 ਵਿੱਚੋਂ ਕਿੰਨੇ ਸਟਾਰ ਦੋਗੇ? 5। ਕਿਹੋ ਜਿਹੀ ਲੱਗੀ ਫਿਲਮ? ਬਹੁਤ ਅੱਛੀ ਹੈ, ਬਹੁਤ ਵਧੀਆ ਫੈਮਿਲੀ ਮੂਵੀ ਹੈ, ਬਹੁਤ ਅੱਛਾ ਮੈਸੇਜ ਹੈ ਉਹਦੇ ਵਿੱਚ। ਉਹਦੇ 2 ਮੈਸੇਜ ਨੇ ਐਕਚੁਅਲੀ। ਇੱਕ ਹੈਗਾ ਆ ਕਿ ਤੁਸੀਂ ਕੋਈ ਅਗਰ ਰਿਸ਼ਤਿਆਂ ਦੇ ਵਿੱਚ ਕੋਈ ਨੋਕ ਝੋਕ ਹੁੰਦੀ ਹੈ ਤਾਂ ਤੁਸੀਂ ਸੌਰੀ ਕਹਿ ਕੇ ਗਲਵੱਕੜੀ ਪਾ ਕੇ ਉਹਨੂੰ ਸੌਰਟ ਆਊਟ ਕਰ ਸਕਦੇ ਹੋ। ਸੈਕਿੰਡ 1 ਕਿ ਅਗਰ ਤੁਹਾਡਾ ਪਾਰਟਨਰ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਹੈਗਾ ਤਾਂ ਤੁਸੀਂ ਉਹਨੂੰ ਅਸੈਪਟ ਕਰਨਾ ਆ। 5 ਵਿੱਚੋਂ ਕਿੰਨੇ ਸਟਾਰ ਦੋਗੇ? 5। ਸਭ ਤੋਂ ਵਧੀਆ ਕੀ ਲੱਗਿਆ ਫਿਲਮ ਦੇ ਵਿੱਚ? ਸਭ ਤੋਂ ਵਧੀਆ ਰਿਸ਼ਤੇ ਮਤਲਬ ਵੀ ਸੌਰੀ ਨਾਲ ਜੁੜ ਜਾਂਦੇ ਨੇ, ਅਤੇ ਇੱਕ ਸ਼ਬਦ ਹੈ ਸੌਰੀ ਨਾਲ ਰਿਸ਼ਤੇ ਜੁੜ ਜਾਂਦੇ ਅਤੇ ਅੰਡਰਸਟੈਂਡਿੰਗ ਬਣ ਜਾਂਦੀ ਹੈ। 5 ਵਿੱਚੋਂ ਕਿੰਨੇ ਸਟਾਰ? 5। ਸਰ, ਕਿਹੋ ਜਿਹੀ ਲੱਗੀ ਫਿਲਮ? ਬਹੁਤ ਵਧੀਆ ਜੀ, ਫਸਟ ਕਲਾਸ, ਝਕਾਸ। ਸਭ ਤੋਂ ਵਧੀਆ ਕੀ ਲੱਗਿਆ ਫਿਲਮ ਦੇ ਵਿੱਚ? ਫਿਲਮ 'ਚ ਗਲਵੱਕੜੀ ਦਾ ਇੱਕ ਮਤਲਬ ਦੱਸਿਆ ਗਿਆ, ਪਰਿਵਾਰ ਨਾਲ ਜੁੜ ਕੇ ਰਹਿਣ ਦਾ ਮਤਲਬ ਦੱਸਿਆ ਗਿਆ ਫਿਲਮ ਦੇ ਵਿੱਚ। 5 ਵਿੱਚੋਂ ਕਿੰਨੇ ਸਟਾਰ ਦੋਗੇ? 5 ਚੋਂ 10। ਥੈਂਕ ਯੂ ਸਰ, ਕਿਹੋ ਜਿਹੀ ਲੱਗੀ ਗਲਵੱਕੜੀ? ਮੈਡਮ, ਘੈਂਟ ਸਿਰਾ ਲਾਤਾ ਉਹਨਾਂ ਨੇ, ਮਤਲਬ ਦੋਵੇਂ ਪਾਸੇ ਚੀਜ਼ ਆ, ਸੈਡਨੈਸ ਵੀ ਪ੍ਰੋਪਰ ਦਿਖਾਈ ਹੈ ਅਤੇ ਨਾਲ ਹਿਊਮਰ ਵੀ ਵਧੀਆ, ਅਤੇ ਫਿਲਮ ਕਨੈਕਟਡ ਆ ਪੂਰੀ ਸੁਰ ਤੋਂ ਲੈ ਕੇ ਐਂਡ ਤੱਕ, ਕਦੇ ਵੀ ਤੁਸੀਂ ਰੁਕ ਨਹੀਂ ਸਕਦੇ। ਮੈਨੂੰ ਮਜ਼ਾ ਹੀ ਆ ਗਿਆ, ਕੱਲ੍ਹ ਪਰਿਵਾਰ ਨੂੰ ਲੈ ਕੇ ਆਉਣ ਲੱਗੇ ਆਪਾਂ। 5 ਵਿੱਚੋਂ ਕਿੰਨੇ ਸਟਾਰ ਦੋਗੇ? 5 ਤੋਂ 5। ਕਿਹੋ ਜਿਹੀ ਲੱਗੀ ਫਿਲਮ? ਬਹੁਤ ਸੋਹਣੀ ਮੂਵੀ ਸੀ। ਸਭ ਤੋਂ ਵਧੀਆ ਕੀ ਲੱਗਿਆ ਫਿਲਮ? ਇਟਸ ਕਾਈਂਡ ਆਫ ਅ ਮਿਕਸਚਰ ਆਫ ਲਵ, ਅਫੈਕਸ਼ਨ, ਸੈਡਨੈਸ, ਐਵਰੀਥਿੰਗ, ਸੋ ਇਟਸ 5 ਵਿੱਚੋਂ ਕਿੰਨੇ ਸਟਾਰ ਦੋਗੇ? 5। ਕਿਹੋ ਜਿਹੀ ਲੱਗੀ ਫਿਲਮ? ਬਹੁਤ ਵਧੀਆ ਸੀ ਜੀ, ਬਹੁਤ ਘੈਂਟ ਮੂਵੀ, ਸਾਰੀ ਫੈਮਿਲੀ ਨੂੰ ਆਉਣਾ ਚਾਹੀਦਾ, ਇਟਸ ਅ ਫੈਮਿਲੀ ਮੂਵੀ। 5 ਵਿੱਚੋਂ ਕਿੰਨੇ ਸਟਾਰ ਦੋਗੇ? 5 ਵਿੱਚੋਂ 10 ਨੰਬਰ ਹੈ ਜੀ। ਸਭ ਤੋਂ ਵਧੀਆ ਕੀ ਲੱਗਿਆ ਫਿਲਮ ਦਾ? ਮੈਨੂੰ ਵਾਮੇਕਾ ਦਾ ਰੋਲ ਬਹੁਤ ਵਧੀਆ ਲੱਗਿਆ, ਚੁਲਬੁਲੀ ਸੀ, ਅਤੇ ਤਰਸੇਮ ਭਾਈ ਦਾ ਵੀ ਰੋਲ ਵਧੀਆ ਸੀਗਾ, ਬਿਲਕੁਲ ਜਿਵੇਂ ਹੈ ਨਹੀਂ, ਉਸ ਤੋਂ ਜ਼ਿਆਦਾ ਸੰਸੀਅਰ ਦਿਖਾਏ ਹੋਏ ਸੀਗੇ, ਅਤੇ ਬੈਸਟ ਮੂਵੀ ਹੈ। 5 ਵਿੱਚੋਂ ਕਿੰਨੇ ਸਟਾਰ ਦੋਗੇ? 5 ਸਟਾਰ ਜੀ। ਥੈਂਕ ਯੂ। ਮੂਵੀ ਵਧੀਆ ਹੈਗੀ ਹੈ, ਫੈਮਿਲੀ ਮੂਵੀ ਹੈ, ਸਾਰੇ ਆਉਣ ਦੇਖਣ, ਅਤੇ ਬਹੁਤ ਚੰਗੀ ਮੂਵੀ ਹੈ। ਸਭ ਤੋਂ ਵਧੀਆ ਕੀ ਲੱਗਿਆ ਫਿਲਮ ਦਾ? ਨਹੀਂ, ਸਭ ਤੋਂ ਵਧੀਆ ਤਾਂ ਇਹ ਹੈ ਕਿ ਐਂਟਰਟੇਨਿੰਗ ਮੂਵੀ ਹੈਗੀ ਹੈ, ਮੈਸੇਜ ਦਿੰਦੀ ਹੈ, ਅਤੇ ਪੂਰਾ ਯਾਨੀ ਕਿ ਕਰੈਕਟਰ ਬੇਸਡ ਮੂਵੀ ਹੈ, ਕੰਟੈਂਟ ਹੈ ਜਿਹੜਾ ਆਈ ਥਿੰਕ ਸੋ ਪੰਜਾਬੀ ਸਿਨੇਮਾ ਜਿਹਦੀ ਸਭ ਤੋਂ ਘਾਟ ਪਾਈ ਜਾਂਦੀ ਹੈ, ਉਹ ਪੂਰਾ ਇਹਦੇ ਵਿੱਚ ਕੰਟੈਂਟ ਬੇਸਡ ਮੂਵੀ ਹੈ, ਕਰੈਕਟਰ ਬੇਸਡ ਹੈ। 5 ਵਿੱਚੋਂ ਕਿੰਨੇ ਸਟਾਰ? 5 ਆਊਟ ਆਫ 5। ਥੈਂਕ ਯੂ ਜੀ, ਲੱਗੇ ਬਹੁਤ ਵਧੀਆ ਸੀ। ਸਭ ਤੋਂ ਵਧੀਆ ਕੀ ਲੱਗਿਆ? ਸਭ ਤੋਂ ਵਧੀਆ ਮੈਨੂੰ ਬੈਲੈਂਸ ਲੱਗਾ ਜਿਹੜਾ ਲਾਈਫ ਕਰੈਕਟਰਸ ਦੇ ਜ਼ਰੀਏ ਉਹਨਾਂ ਨੇ ਲਾਈਫ 'ਚ ਬਣਾਉਣ ਲਈ ਦੋ ਕਰੈਕਟਰ ਰੱਖੇ ਨਾ, ਦੋਵੇਂ ਚੀਜ਼ਾਂ ਜ਼ਰੂਰੀ ਹੈਗੀਆਂ। ਅੱਛਾ, 5 ਵਿੱਚੋਂ ਕਿੰਨੇ ਸਟਾਰ ਦੋਗੇ? 5 ਵਿੱਚੋਂ ਮੈਂ ਤੇ ਵੱਧ ਹੀ ਦਊਂਗਾ ਸਟਾਰ, ਜਿੰਨੇ ਹੋ ਸਕਦੇ, ਪਰ 5। ਮੈਮ, ਬਹੁਤ ਹੀ ਵਧੀਆ, ਬੜੇ ਟਾਈਮ ਬਾਅਦ ਇੱਕ ਆਪਾਂ ਜੇ ਦੇਖੀਏ ਤਾਂ ਤੁਸੀਂ ਵੀ ਜਾਣਦੇ ਹੋ, ਤੁਸੀਂ ਤੁਹਾਡੀ ਰੂਟੀਨ ਹੈ, ਇੱਕ ਬੜੇ ਟਾਈਮ ਬਾਅਦ ਆਪਾਂ ਫੈਮਿਲੀ ਮੂਵੀ ਦੇਖਣ ਨੂੰ ਮਿਲ ਰਹੀ ਹੈ ਸਾਨੂੰ। ਸਭ ਤੋਂ ਵੱਡੀ ਗੱਲ ਇਹ ਹੈ ਛੋਟੀ ਛੋਟੀ ਗੱਲਾਂ ਨਾਲ ਕਿੱਦਾਂ ਖੁਸ਼ ਹੋਣਾ ਪਰਿਵਾਰ 'ਚ, ਉਹ ਜੋ ਅੱਜ ਹਰ ਕੋਈ ਟੈਨਸ਼ਨ ਵਿੱਚ ਹੈ, ਸੋ ਦਿਸ ਇਜ਼ ਮਤਲਬ 1 ਆਫ ਦ ਬਿਗੈਸਟ ਐਗਜ਼ਾਮਪਲ, ਜ਼ਰੂਰ ਦੇਖਣੀ ਚਾਹੀਦੀ, ਫੈਮਿਲੀ ਮੂਵੀ ਬਹੁਤ ਅੱਛੀ ਲੱਗੀ। 5 ਵਿੱਚੋਂ ਕਿੰਨੇ ਸਟਾਰ? ਮੈਮ, 5। ਮੂਵੀ ਬਹੁਤ ਵਧੀਆ ਲੱਗੀ ਜੀ, ਅਤੇ ਐਕਚੁਅਲੀ ਫੈਮਿਲੀ ਮੂਵੀ ਆ, ਅਤੇ ਤੁਹਾਨੂੰ ਐਕਚੁਅਲੀ ਸਭ ਕੁਝ ਦੇਖਣ ਨੂੰ ਮਿਲੂਗਾ, ਇਮੋਸ਼ਨ ਵੀ ਆ, ਕੌਮੇਡੀ ਵੀ ਆ, ਫੈਮਿਲੀ ਡਰਾਮਾ ਵੀ ਆ, ਇੱਕ ਅਸੂਲੀ ਬੰਦੇ ਦੀ ਕਹਾਣੀ ਵੀ ਆ, ਅਤੇ ਇੱਕ ਜਿਹੜਾ ਲੋੜ ਤੋਂ ਜ਼ਿਆਦਾ ਬੇਫਿਕਰਾ ਬੰਦਾ ਉਹਦੀ ਵੀ ਕਹਾਣੀ ਆ। ਸੋ ਕਾਫੀ ਫੈਕਟਰਸ ਨੇ ਜੋ ਤੁਹਾਨੂੰ ਐਕਚੁਅਲੀ ਦੇਖਣ ਨੂੰ ਮਿਲਣਗੇ, ਬਹੁਤ ਛੋਟੇ ਛੋਟੇ ਮੈਸੇਜਸ ਨੇ ਜੋ ਤੁਹਾਨੂੰ ਐਕਚੁਅਲੀ ਜਦੋਂ ਤੁਸੀਂ ਮੂਵੀ ਦੇਖੋਗੇ ਤੁਹਾਨੂੰ ਉਦੋਂ ਜ਼ਿਆਦਾ ਬੈਟਰ ਕਲੀਅਰ ਹੋਣਗੇ। ਸੋ ਗੋ ਐਂਡ ਵਾਚ ਗਲਵੱਕੜੀ। 5 ਵਿੱਚੋਂ ਕਿੰਨੇ ਸਟਾਰ? 5 ਵਿੱਚੋਂ 5। ਤੁਸੀਂ ਦੇਖ ਸਕਦੇ ਹੋ ਕਿ ਫਿਲਮ ਨੂੰ ਕਿੰਨੇ ਜ਼ਿਆਦਾ ਪੋਜ਼ਿਟਿਵ ਰਿਵਿਊਜ਼ ਮਿਲ ਰਹੇ ਨੇ। ਹੁਣ ਤੁਹਾਡੀ ਵਾਰੀ ਹੈ, ਤੁਸੀਂ ਵੀ ਇਹ ਫਿਲਮ ਦੇਖ ਕੇ ਜ਼ਰੂਰ ਆਓ ਅਤੇ ਮੇਰੇ ਨਾਲ ਆਪਣੀ ਫੀਡਬੈਕ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ। ਮੈਂ ਮਿਲਾਂਗੀ ਤੁਹਾਡੇ ਨਾਲ ਅਗਲੀ ਵਾਰ, ਦੇਖਦੇ ਰਹੋ ਪੰਜਾਬੀ ਗਰੁੱਪਸ। ਸਤਿ ਸ਼੍ਰੀ ਅਕਾਲ।